बाबू एक और टोकरी लेके आ, चेती जा लिया। माफ करना महाराज, साडे सारे फल खत्म हो गए ने। हैं? की कह रहे तू? वीरे मेरा ठेडे एकदम भर गया, चलो घर चलते हैं। ठीक है, जितने फल मेरे कोल सी सारे गए। ओलक अपने घर वालों जा रहे ने। ओलक जा रहे ने, चलो चलिए। ठीक है, तुसी वापस आओ तुसी दोनों। मारो बाबू, रोको ना नू। जी महाराज। जंगल मेरे प्यारे घर मैं आ गया। अकेले ने छिलके के धो आ गए। जी महाराज। आखिर मिशन कामयाब होया। भाई वाह, शाबाश। सब किने किता? मैंने नहीं पता। तो मेरा सिर। क्या? ठीक है, चल। नहीं, तुसी नहीं जा सकते। जा सकते मतलब? की मतलब है? साडे घर नु की होया? बस करो हुण, दसो साडे घर नु की होया। चंगा, ठीक है बाबू, तू दस इना नु। ए ते मैनु नहीं पता। की होया? नहीं पता। हाँ, ठीक है दोस्तों, वापस आ जाओ, कोई तुहाडा इंतजार कर रहा है। साडा इंतजार? बिल्कुल ठीक समझा तुसी, तुहाडा इंतजार कर रहा है। हो ए सब ठीक हो गया? मेरा लक है कि ए रात भालुआ दे घर तक नहीं जांदा। हुण ए टोया किन्ने पुटिया? वाह दबलू, असी आखिरकार आ ही गए। असी पहुंच गए। रुक वीरे, वीरे घर विच तुहाडा स्वागत है दोस्तों। बबलू डबलू तुहाडा दोवां दा स्वागत कर रहे हैं। अच्छा, ते तुसी साडा स्वागत करन लई बैठे हो? हां बिल्कुल सही। तुसी दोवे थक गए होवोगे, आओ इधर। ओए वाह, ओए सब ठीक है ना? हाँ बिल्कुल सब ठीक है। सब ठीक है, बहुत ही खूबसूरत। सच्ची सानू बड़ा डर लग गया ये सब ठीक करन लई। वाह, ते होर भी सोने फूल। वाह, मैनू एक बारी देखन दे। क्यों नहीं? मैं ये सब करन विच बड़ी मेहनत कीती है। ओ ये सच्ची, तू सचमुच बहुत चंगा किता है। की सच्ची मेरा पोर्ट्रेट बनाया है? मेरी आँखा सेम टू सेम लग रही है ने। आता तो आनो लगना ही है, एता मैं अपने खंभे नाल बनाया। मैं नू चंगी तरह वेखांगा, एनू नेड़े करू ना? नहीं नहीं नहीं, बिल्कुल नहीं। क्यों नहीं? क्योंकि क्योंकि ए हले गिल्ला है, जे तू एनू हाथ लावेगा तो एदा रंग खराब हो जाएगा, ते मेनू चंगा नहीं लगेगा। ओ गल तो ठीक ही है। ठीक है, मैं ते सुकन दा इंतजार करदा। ओ बाल बाल बच गए। नवा मंजा।
ਇਹਦੇ ਉੱਤੇ ਤਾਂ ਪੱਤਿਆਂ ਦੀ ਮੋਟੀ ਪਰਤ ਹੈ। ਇਹ ਤਾਂ ਬਹੁਤ ਨਰਮ ਹੋਏਗਾ। ਚਲੋ ਦੇਖਦੇ ਆ। ਇੱਕ ਮਿੰਟ ਰੁਕ ਪਾਰਟਨਰ। ਜੀ ਤੈਨੂੰ ਪਤਾ ਹੈ ਘਰ ਕੇ ਜ਼ਾਇ ਚਿੱਟੋ ਹਾਂ। ਮੈਨੂੰ ਓਏ ਵੀਰੇ, ਇਹ ਸ਼ਹਿਦ ਨੂੰ ਤਾਂ ਵੇਖੋ। ਤੂੰ ਇਹਨੂੰ ਵੀ ਹੱਥ ਨਹੀਂ ਲਾ ਸਕਦਾ। ਮਤਲਬ ਇਹ ਸਾਡੇ ਲਈ ਨਹੀਂ ਹੈ। ਕੋਈ ਗੱਲ ਨਹੀਂ, ਮੈਂ ਬਸ ਥੋੜਾ ਜਿਹਾ ਲਵਾਂਗਾ। ਦੇ ਦੋ ਨਾ ਥੋੜਾ ਜਿਹਾ। ਤੂੰ ਹੱਥ ਨਹੀਂ ਲਾ ਸਕਦਾ। ਨਹੀਂ ਥੋੜਾ। ਮੈਂ ਕਿਹਾ ਨਾ, ਦੂਰ ਹੱਟ ਜਾ। ਨਹੀਂ, ਕਿੰਨੀ ਕੰਜੂਸ ਹੈ, ਨਹੀਂ ਗੱਲ ਕਰਦਾ ਤੇਰੇ ਨਾਲ। ਇਹ ਰੱਸੀ ਦਾ ਕੀ ਮਾਜਰਾ ਹੈ? ਖਿੱਚਣਾ ਨਹੀਂ। ਮਤਲਬ ਉਹ ਦੋਵੇਂ ਕਿਤੇ ਨੇੜੇ ਹੀ ਹੈ। ਕੰਧੇ ਘਟਿਆ ਬੋ ਵਾਲੇ ਭਾਲੂਆ, ਇਸ ਵਾਰੀ ਮੈਂ ਨਹੀਂ ਛੱਡਾਂਗਾ ਦੋਨਾਂ ਨੂੰ। ਰੁਕੋ ਤੇ ਵੇਖੋ ਮੈਂ ਕੀ ਕਰਦਾ। ਬਬਲੂ, ਡਬਲੂ, ਸਾਨੂੰ ਮਾਫ ਕਰ ਦਿਓ। ਸਾਨੂੰ ਤੁਹਾਡੇ ਘਰ ਨੂੰ ਕਦੇ ਵੀ ਇਹ ਨਾਲ ਲੁਭਾਵਣਾ ਬਣਾਉਣਾ ਨਹੀਂ ਚਾਹੀਦਾ ਸੀ। ਹਾਂ, ਸਾਨੂੰ ਤੁਹਾਡੇ ਤੇ ਬਹੁਤ ਗੁੱਸਾ ਆਉਣਾ ਚਾਹੀਦਾ ਹੈ। ਇਹਨਾਂ ਸਭ ਕੁਝ ਤੁਸੀਂ ਬਹੁਤ ਮਸਤ ਬਣਾ ਕੇ ਰੱਖਿਆ ਹੈ ਤੇ ਸਾਨੂੰ ਦੱਸਿਆ ਵੀ ਨਹੀਂ। ਵੀਰ, ਬਿਲਕੁਲ ਸਹੀ ਕਹਿ ਰਿਹਾ, ਮੇਰਾ ਤਾਂ ਪੀਕ ਚੁੱਟਣ ਦਾ ਮਨ ਕਰ ਰਿਹਾ। ਕੀ ਉਹ ਕੁੱਟਣ ਵਾਲਾ ਹੈ? ਓਹੋ, ਓਏ ਸੁਣ ਨਾ ਦੋਸਤੋ, ਮੇਰੇ ਪੀਂਗ ਨੂੰ ਧੱਕਾ ਤਾਂ ਮਾਰੋ। ਵਾਹ ਡਬਲੂ, ਇਸ ਜਗ੍ਹਾ ਤੇ ਟੋਇਆ ਕਿੰਨੇ ਬਣਾਇਆ? ਮੇਰਾ ਨਿੱਕਾ ਜਿਹਾ ਪਿਆਰਾ ਜਿਹਾ ਘਰ, ਮੈਨੂੰ ਅੱਜ ਤੱਕ ਪਤਾ ਨਹੀਂ ਸੀ ਕਿ ਮੈਂ ਆਪਣੇ ਘਰ ਨੂੰ ਕਿੰਨਾ ਮਿਸ ਕੀਤਾ। ਲੱਗਦਾ ਥੋੜੀ ਮੁਰੰਮਤ ਦੀ ਲੋੜ ਹੈ। ਮੇਰਾ ਨਿੱਕਾ ਜਿਹਾ ਵਿਹੜਾ, ਕੁਝ ਵੀ ਨਹੀਂ ਬਦਲਿਆ ਇੱਥੇ। ਮੇਰੀ ਪਿਆਰੀ ਗੱਡੀ, ਕਾਫੀ ਗੰਦ ਇਕੱਠਾ ਕੀਤਾ ਹੋਇਆ ਹੈ। ਉਹ ਕੋਈ ਗੱਲ ਨਹੀਂ, ਮੈਂ ਸਭ ਚੀਜ਼ਾਂ ਦੀ ਸਫਾਈ ਕਰ ਦਿਆਂਗਾ। ਇਹ ਤਾਂ ਮੇਰੀ ਇਹ ਸਾਰੀ ਨੇ ਮੇਰੀ ਦਰਖਤ ਕੱਟਣ 'ਚ ਬਹੁਤ ਮਦਦ ਕੀਤੀ ਹੈ। ਤੈਨੂੰ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮੇਰਾ ਪਿਆਰਾ ਘਰ, ਮੈਂ ਵਾਪਸ ਆ ਗਿਆ। ਸੱਚੀ ਘਰ ਵਰਗੀ ਹੋਰ ਕੋਈ ਜਗ੍ਹਾ ਨਹੀਂ। ਸਭ ਕੁਝ ਪਹਿਲੇ ਵਰਗਾ ਹੀ ਹੈ। ਕਿੰਨਾ ਪਿਆਰਾ ਹੈ ਸਭ ਕੁਝ। ਓਏ ਮੇਰਾ ਪਿਆਰਾ ਬਿਸਤਰਾ, ਇਹਦੇ ਉੱਤੇ ਸੌਣ ਦਾ ਕਿੰਨਾ ਮਜ਼ਾ ਆਉਂਦਾ ਹੈ। ਇਹ ਵੇਖੋ ਕਿੰਨਾ ਸਾਰਾ ਸਮਾਨ ਹੈ। ਦਰਖਤ ਕੱਟਦੇ ਹੋਏ ਮੇਰੀ ਫੋਟੋ, ਮੈਂ ਪਹਿਲਾਂ ਕਿੰਨਾ ਸੋਹਣਾ ਲੈ ਕੇ ਦੱਸਦੀ ਹੈ ਨਾ। ਤੇ ਲੱਕੜੀ ਕੱਟਣ ਲਈ ਮੈਨੂੰ ਇਨਾਮ ਵੀ ਮਿਲਿਆ ਸੀ। ਪਰ ਫੇਰ ਦੋ ਗੰਦੇ ਭਾਲੂਆ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ। ਹਮੇਸ਼ਾ ਮੇਰੇ ਰਸਤੇ ਵਿੱਚ ਆਉਂਦੇ ਨੇ, ਮੈਨੂੰ ਹਮੇਸ਼ਾ ਪਾਗਲ ਬਣਾਉਂਦੇ ਰਹੇ। ਉਹਨਾਂ ਨੂੰ ਨਨ ਯਾਦ ਦਾ ਦਵਾਈ ਦਾ ਮੇਰਾ ਨਾਂ ਵੀ ਲੱਖਾ ਨਹੀਂ। ਅੱਗੇ ਅੱਗੇ ਵੇਖੋ ਹੁੰਦਾ ਹੈ ਕੀ।